ਹਾਂਜੀ ਦੋਸਤੋ, ਕੀ ਹਾਲ ਚਾਲ? ਪੰਜਾਬ ਟਰੈਕਟਰ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਆ। ਅਤੇ ਇੱਕ ਟਰੈਲੀ ਰਹਿ ਗਈ ਸੀ, ਅੱਜ ਖਾਲੀ ਕਰਨ ਚੱਲੇ ਇਹ, ਅਤੇ ਫਿਰ ਸੁਪਰ ਸੀਡਰ ਖੋਲ੍ਹਤਾ ਅੱਜ, ਫਾਲੇ ਪਾਲੇ ਆ ਉਹਦੇ ਮਗਰ। ਕਮਾਦੀ ਵਾਸਤੇ ਖੇਤ ਤਿਆਰ ਕਰਨਾ ਸੀ, ਤਵੀ ਉਹਨਾਂ ਦਾ ਵਹਿ ਜਾਂਦਾ ਵਾ, ਅਤੇ ਹੁਣ ਫਾਲਿਆਂ ਨਾਲ ਬੁਣ ਜਾਂਦੇ ਹਾਂ, ਅਤੇ ਫਿਰ ਪਾਉਂਦੇ ਸੁਪਰ ਸੀਡਰ। ਕੱਲ੍ਹ ਨੂੰ ਚਲਾਵਾਂਗੇ ਕਣਕ ਦਾ ਕੰਮ, ਫਿਰ ਕੱਲ੍ਹ ਨੂੰ ਬੀਜਾਂਗੇ। ਅੱਜ ਕਮਾਦ ਵਾਸਤੇ ਖੇਤ ਤਿਆਰ ਕਰਨੇ ਸੀ। ਆਹ ਖਾਲੀ ਹੋ ਗਈ ਕੱਲ੍ਹ ਦੀ ਟਰੇਲੀ, ਅਤੇ ਕਹੋ ਜਾਂਦੀ ਪਈ ਆ 18 ਫੁੱਟੀ। ਫਿਰ ਵੱਢਾਂਗੇ 2 ਦਿਨਾਂ ਤੱਕ ਬਾਸਮਤੀ। ਲਓ ਜੀ, ਲੱਗੇ ਹੋ ਆ ਬੋਣ, ਇੱਧਰ ਚੱਲਦੇ ਫਾਲੇ, ਉੱਧਰ ਤਵੀਆਂ ਨਾਲ ਪਾਉਂਦਾ ਪਿਆ ਬੰਦਾ। ਪਹਿਲੀ ਵਾਰ ਬੀਜਣੀ ਇੱਧਰ ਵੀ ਕਮਾਦੀ, ਦੇਖਦੇ ਕਿਵੇਂ ਦੀ ਹੁੰਦੀ ਆ। ਆਉਂਦਾ ਹੁਣ ਪਾਉਣੀ, ਅੱਜ 2-3 ਬਣੇ ਹੋ ਪਏ ਬਲੌਗ, ਹੈਂ ਉਹ ਟਾਈਮ ਹੀ ਨਹੀਂ ਲੱਗਦਾ ਪਾਉਣ ਦਾ, ਹੁਣ ਪਾਊਂਗਾ। ਚੱਲਦੇ ਇੱਧਰ ਲੱਗੇ 21 ਹਾਲੇ, ਖੋਲ੍ਹ ਕੇ ਪਾਉਂਦੇ ਹਾਂ ਫਿਰ। ਚੱਲਦੀਆਂ ਤਵੀਆਂ ਕੱਲ੍ਹ ਦੀਆਂ, ਫਿਰ ਇੱਦੀ ਪਾ ਕੇ ਖੜੀਆਂ ਕੀਤੀਆਂ ਸੀਗੀਆਂ ਟਰੈਕਟਰ ਪਿੱਛੇ, ਇਹਦੇ ਪਿੱਛੇ ਫਿਰ ਸੁਪਰ ਸੀਡਰ ਖੋਲ੍ਹਤਾ ਸੀ। ਅਤੇ ਹੁਣ ਬਾਅਦ 'ਚ ਪਾਵਾਂਗੇ ਰੋਟਾ ਵੀਟਰ ਨਾਲ, ਫਿਰ ਖੇਤ ਤਿਆਰ ਹੀ ਆ। ਸਾਢੇ 9 ਹੋ ਗਏ ਆ, ਸਵੇਰ ਦੇ ਲੱਗਿਆ ਸੀਗੇ 6 ਵਜੇ ਦੇ। ਪਹਿਲਾਂ ਤਾਂ ਇਕੱਲੇ ਤਵੀਆਂ ਨਾਲ ਪਾਉਂਦੇ ਸੀਗੇ, ਅਤੇ ਬੰਦਾ ਆਇਆ ਬਾਅਦ 'ਚ ਫਾਲੇ ਵੀ ਲਿਆਉਂਦੇ। ਹੁਣ ਆਪਾਂ ਚੱਲਦੇ ਆ ਕੋਈ ਹੋਰ ਕੰਮ, ਅਤੇ ਕਣਕ ਦਾ ਅੱਜ ਦੁਪਹਿਰ ਜੀ ਨੂੰ ਬੀਜਾਂਗੇ ਜੇ ਟਾਈਮ ਲੱਗਾ ਦੁੱਖ ਖੇਤ। ਵੈਸੇ ਤਾਂ ਅੱਜ ਆਹੀ ਤਿਆਰ ਕਰਨੇ ਖੇਤ ਸਾਰੇ, ਅਤੇ ਬਾਸਮਤੀ ਵੱਢਣ ਵੀ ਆ ਗਏ ਆ ਬੰਦੇ। ਖੇਤ ਕੱਢਾਉਣੀ ਹੱਥਾਂ ਨਾਲ ਉੱਥੇ ਹੀ, ਬਾਕੀ 2-3 ਖੇਤ ਆ ਜਿਹੜੇ ਕੰਬਾਈਨ ਨਾਲ ਵਢਾਵਾਂਗੇ, ਪਰਾਲੀ ਚਾਹੀਦੀ ਕਰਕੇ। ਹਾਂਜੀ ਦੋਸਤੋ, ਅਤੇ ਇੱਧਰ ਹੋ ਗਏ ਖੇਤ ਤਿਆਰ ਸਾਰੇ, ਕੱਲ੍ਹ ਕਰਤੇ ਸੀਗੇ ਤਵੀਆਂ ਨਾਲ ਦੋਹਰ ਪਾ ਕੇ, ਫਾਲਿਆਂ ਨਾਲ ਵਾਹ ਕੇ, ਫਿਰ ਰੋਟਾ ਵਿੱਚ ਨਾਲ ਵਾਹ ਕੇ
ਤਿਆਰ ਕੱਢਤੇ ਵਾ, 5 ਕੁ ਖੇਤ ਵਾ ਬੀਜਾਂਗੇ ਇੱਧਰ ਤੋਂ। ਮਾਦੀ ਪਹਿਲੀ ਵਾਰ ਬੀਜਣ ਲੱਗਿਆ, ਦੇਖਦੇ ਕਿਵੇਂ ਹੁੰਦੀ। ਉਹ ਸਾਰੇ ਤੇ ਖੇਤ ਤਿਆਰ ਆ ਉੱਧਰ, ਅਤੇ ਆਪਾਂ ਚੱਲੇ ਗਏ ਤੇਲ ਭਰਾਉਣ ਅੱਜ। ਤੇਲ ਭਰਾ ਕੇ ਬੰਦੇ ਲੱਗੇ ਉੱਧਰ ਛਿਲਣ ਕਮਾਦੀ, ਅਤੇ ਉਹ ਫਿਰ ਲਿਆ ਕੇ ਬੀਜੂਗੇ। ਤਿਆਰ ਇੱਧਰ ਕੱਢਦੇ ਹੋ ਸਾਰੇ, ਨਾ ਸਰੋਂ ਨਾ ਸਿੱਟਾ ਦੇ ਦੇਵਾਂਗੇ, ਦੇਖਦੇ ਆ। ਪੰਪ 'ਤੇ ਲੱਗੇ ਉਹ ਪਵਾਉਣ, ਪਹਿਲਾਂ 90,000 ਦਾ ਪਾ ਲੈਂਦੇ, ਬਾਅਦ 'ਚ 30,000 ਦਾ ਪੈ ਜਾਣਾ, 1,20,000, ਦੇਖਦੇ ਕਿੰਨਾ ਕੁ ਹੁੰਦਾ। ਕਣਕ ਬੀਜਣ ਨੂੰ ਅੱਜ ਸੁਪਰ ਸੀਡਰ ਪਾ ਲਿਆ, ਇਹਦੇ ਮਗਰ ਇਹ 'ਚ ਲੱਦ ਲਿਆ ਬੀ ਡਾਇਆ ਅਤੇ ਯੂਰੀਆ। ਯੂਰੀਆ ਪੈਣਾ ਉਹ ਖੇਤਾਂ 'ਚ, ਤੁਸੀਂ ਪਿਛਲੇ ਬਲੋਕ 'ਚ ਦੇਖਿਆ ਹੋਣਾ ਆਲੂ ਵਾਲੇ ਖੇਤਾਂ 'ਚ, 6 ਕੁ ਖੇਤ ਆ ਜਿਹੜੇ ਉੱਥੇ ਪਾਉਣਾ ਵਾ। ਅਤੇ ਇੱਧਰ ਪੱਖਾ ਲੱਗਦਾ, 2 ਕੁ ਟਰਾਲੀਆਂ ਘਰੇ ਢੇਰੀ ਕੀਤੀਆਂ ਸੀਗੀਆਂ, ਪੱਖਾ ਲਾ ਕੇ ਭਰ ਲੈਣੀਆਂ ਹੁਣ ਘਰ, ਦੂਏ ਮੰਡੀ 'ਚ ਜਾ ਕੇ ਭਰਾਂਗੇ ਬੋਰੀਆਂ। ਅਤੇ ਅੱਜ ਬੀਜ ਸਾਰੀ ਦਿਹਾੜੀ ਕਣਕ, ਅਤੇ ਉੱਧਰ ਬੰਦੇ ਛਿਲਦੇ ਪਏ ਕਮਾਦੀ ਬੀਜਣ ਵਾਸਤੇ। ਲਓ ਜੀ ਲੱਗ ਪਿਆ ਬੀਜਣ, ਜਿਹਦੇ 'ਚ ਸਿਆੜ ਪਾਏ ਆ ਉਹ 'ਚ ਬੀਜਦਾ ਨਹੀਂ ਅੱਜ। ਅਤੇ ਹੁਣ ਸਪਰੇ ਕਰਨੀ ਆ, ਅਤੇ ਆ ਰਹਿ ਗਏ ਇਹ 'ਚ ਸਿਆੜ ਪਾਵਾਂਗੇ, ਕੱਲ੍ਹ ਬੀਜਾਂਗੇ। ਲੇਬਰ ਲੱਗੇ ਚਾਹ ਪਾਣੀ ਪੀਣ। ਹਾਂਜੀ ਦੋਸਤੋ, ਲੱਗੇ ਉਹ ਛਿਲਣ ਬੰਦੇ, ਅੱਜ ਆਪਣਾ ਤੀਜਾ ਦਿਨ ਆ ਕਮਾਦ ਦਾ। ਅਤੇ ਕੱਲ੍ਹ ਜਿਹੜੇ ਸਿਆੜ ਕੱਢੇ ਸੀ ਉਹ ਲਾਤੇ ਸਾਰੇ ਬੰਦਿਆਂ ਨੇ, ਅਤੇ ਅੱਜ ਟਰੈਲੀ ਖੋਲ੍ਹਤੀ ਆ। ਹੁਣ ਜਿਹੜੇ 3 ਕੁ ਖੇਤ ਰਹਿੰਦੇ ਆ ਉਹ ਸਿਆੜ ਕੱਢਣ ਜਾਂਦੇ ਆ, ਜਦ ਨੂੰ ਬੰਦੇ ਛਿਲ ਲੂਗੇ, ਛਿਲ ਛੁਲ ਕੇ ਲੱਦ ਲੂਗੇ, ਫਿਰ ਬੀਜ ਲੂਗੇ ਉਹ ਵੀ 3 ਕੁ ਖੇਤ ਜਿਹੜੇ ਰਹਿ ਗਏ ਆ। ਧੁੰਦ ਬਹੁਤ ਹੋਈ ਉਹ, 3-4 ਦਿਨ ਹੋ ਗਏ ਧੁੱਪੇ ਨਹੀਂ ਚੜ੍ਹੀ, 5 ਦਿਨ ਹੋ ਗਏ ਆਲਮੋਸਟ। ਅਤੇ ਹੁਣ ਜਾਂਦੇ ਹਾਂ ਸਿਆੜ ਕੱਢਣ, ਅਤੇ ਮਿਲ ਲੱਗੇ ਉਹ ਸਿਆੜ ਕੱਢਣ ਇੱਧਰ। ਆ 2 ਕੁ ਖੇਤਾਂ 'ਚ ਕੱਢਤੇ ਸੀਗੇ, ਅਤੇ 3 ਕੁ ਖੇਤ ਰਹਿੰਦੇ ਸਿਆੜ ਕੱਢਣ ਨੂੰ, ਉਹ ਅੱਜ ਕੱਢ ਦਿੰਦੇ ਆ। ਉੱਧਰ ਕਣਕ ਦੀ ਬਿਜਾਈ ਵੀ ਚੱਲੀ ਜਾਂਦੀ ਨਾਲ ਨਾਲ ਲੱਗੇ, ਇੱਧਰ ਸਿਲਾਈ ਚੱਲ, ਬੰਦੇ ਛਿਲਦੇ ਪਏ ਆ ਗੰਨੇ ਦੀ, ਫਿਰ ਛਿਲ ਛੁਲ ਕੇ ਆਊਗੇ ਲਿਆ ਕੇ ਇਹਨੂੰ ਲਾਊਗੇ। ਇੱਧਰ ਅੱਧਾ ਖੇਤ ਰਹਿ ਗਿਆ ਹਲਾਉਣ ਨੂੰ, ਬਾਕੀ ਆ ਸਿਆੜ ਕੱਢਦੇ ਪਏ ਇੱਥੇ ਲਾਉਣਾ। ਪਾਇਓ ਉੱਦਣ ਦੇ ਹੀ ਆ, ਪਹਿਲੇ ਦਿਨ ਦੇ ਹੀ ਆ, ਸਾਰੇ ਇਕੱਠੇ ਵਾਹਤੇ ਸੀ ਸਿਆੜ। ਆਹ 3 ਖੇਤ ਰਹਿੰਦੇ ਸਿਆੜ ਕੱਢਣ ਨੂੰ। ਇਹ ਬੀ ਹੈਗਾ ਆਪਣਾ 94 ਜਿਹੜਾ ਲਾਉਣ ਲੱਗੇ ਹੋ, ਖਾਦ ਪਾਤੀ ਹੋ ਵਾ ਨਾਲ। ਰਾਤੀ ਹਨੇਰਾ ਹੋ ਗਿਆ ਸੀ, ਫਿਰ ਤਾਂ ਕੰਮ ਇੱਦਾਂ ਛੱਡ ਗਏ ਬੰਦੇ। ਧੁੰਦ ਵੀ ਬਹੁਤ ਹੋਈ ਆ ਹੁਣ, 9:30 ਹੋਏ ਹੋ, ਅੱਧੀ ਦਾ ਕੁਛ ਨਹੀਂ। ਇਹ 94 ਆ ਬੀ ਆਪਣਾ ਜਿਹੜਾ ਲੱਗੇ ਲਾਉਣ। ਉੱਧਰ ਬਿਜਾਈ ਵੀ ਚੱਲੀ ਜਾਂਦੀ ਨਾਲੋਂ ਨਾਲ, ਫਿਰ ਕੱਲ੍ਹ ਤੱਕ ਬੀਜ ਹੋ ਜੂਗੀ ਕਮਾਦ ਵੀ।
ਜਿਹੜੇ ਦੋ ਤਿੰਨ ਖੇਤ ਰਹਿ ਗਏ ਕੱਲ੍ਹ ਤੱਕ ਬੀਜ ਆਉਣੇ ਆ, ਅੱਜ ਸਿਆੜ ਕੱਢ ਦੇਣੇ ਸਾਰੇ। ਇੱਧਰ ਤਾਂ ਮਿੱਟੀ ਪਾਤੀ ਉਹ ਬੰਦਿਆਂ ਨੇ ਇਕੱਲੇ ਹੀ ਲਾ ਕੇ ਸਾਰੇ ਖੇਤ 'ਚ ਇੱਧਰਲੇ ਤਾਂ, ਅਤੇ ਆਹ ਰਹਿ ਗਏ ਹੁਣ ਚਾਰ ਕੁ ਖੇਤ। ਅੱਧਾ ਖੇਤ ਤਾਂ ਕੱਲ੍ਹ ਕਰ ਗਏ ਸੀਗੇ ਬੰਦੇ, ਬਾਕੀ ਅੱਜ ਛਿੱਲਦੇ ਪਏ ਆ, ਛਿੱਲ ਕੇ ਲਿਆਓਗੇ। ਅੱਜ ਦਾ ਅਤੇ ਕੱਲ੍ਹ ਦਾ ਦੇਣਾ, ਕਮਾਦੀ ਦਾ ਕੰਮ ਮੁੱਕ ਜਾਣਾ ਅਤੇ ਕਣਕ ਦਾ ਨਾਲ ਨਾਲ ਚੱਲੀ ਜਾਂਦਾ। ਫਿਰ ਮਿਲਾਂਗੇ ਹੋਰ ਵਲੋਗ 'ਚ, ਜੁੜੇ ਰਹੋ, ਪਾਵਾਂਗੇ ਕੋਈ ਨਾ ਕੋਈ ਹੋਰ ਵੀਡੀਓ। ਧੰਨਵਾਦ।